ਅਸਲਾਮ ਅਲੈਕੁਮ ਦੋਸਤੋ ਕੀ ਹਾਲ ਚਾਲ ਉਮੀਦ ਕਰੀਏ ਤੁਸੀਂ ਸਾਰੇ ਦੋਸਤ ਖੈਰ ਖਰੀਆ ਨਾਲ ਉਸ ਮੈਂ ਮੁਹੰਮਦ ਵਕਾਸ ਤੇ ਤੁਸਾਂ ਦੇ ਦੇ ਪਰ YouTube ਚੈਨਲ ਕਿਸਾਨ ਪੁਆਇੰਟ ਦੋਸਤੋ ਅੱਜ ਅਸਾਂ ਗੱਲ ਕਰਸਾਂ ਸਟ੍ਰੈਸ ਦੇ ਵਿੱਚ ਗਮੋਸਿਸ ਦੀ ਬਿਮਾਰੀ ਦੇ ਮੁਤਲਕ ਮੈਂ ਤਾਰੋ ਫੇਜ਼ਾ ਕਰਾ ਦੇਵਾਂ ਅਕਸਰ ਔਕਾਤ ਤੁਸਾਂ ਦੇਖਾ ਹੋਸੀ ਕਿ ਤੁਹਾਡੇ ਪੌਦਿਆਂ ਦੀਆਂ ਸ਼ਾਖਾਂ ਜਾਂ ਤਣੇ ਦੇ ਵਿੱਚੋਂ ਸਿਆਹ ਰੰਗ ਦਾ ਇੱਕ ਮਾਦਾ ਖਾਰਜ ਥਿੰਦੇ ਤੇ ਦੋਸਤੋ ਸਿਆਹ ਰੰਗ ਦਾ ਮਾਦਾ ਅਸਲ ਦੇ ਵਿੱਚ ਗਮੋਸਿਸ ਦੀ ਹੀ ਇਲਾਮਾਤ ਹਨ ਦੋਸਤੋ ਸਿਆਹ ਰੰਗ ਦੇ ਮਾਦੇ ਤੋਂ ਬਾਅਦ ਤੁਹਾਡੇ ਪੌਦੇ ਦੇ ਤੰਨੇ ਦੇ ਵਿੱਚ ਲੰਬਾਈ ਦੇ ਰੁਖ ਦਰਾਣਾ ਵੀ ਪੈਦਾ ਹੋਵੈ ਨਹੀਂ ਜਿਹੜੀਆਂ ਕਿ ਗਮੋਸਿਸ ਦਾ ਹੀ شدید ਅਟੈਕ ਤੋਂ ਬਾਅਦ ਤੁਹਾਡਾ ਜਿਹੜਾ ਪੌਦੇ ਦਾ ਤੰਨਾ ਹੈ ਉਹ ਤਾਸਿਰ ਹੋਣਾ ਸ਼ੁਰੂ ਹੋਵੰਦੇ ਔਰ ਐਸਾ ਐਸਾ ਪੌਦਾ ਤੁਹਾਡਾ ਖਤਮ ਹੋਣਾ ਸ਼ੁਰੂ ਹੋਵੰਦੇ ਤੇ ਪੌਦੇ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਵੀ ਕਮ ਥੀ ਵੰਦੀ ਤੇ ਨਾਲ ਦੇ ਨਾਲ ਪੌਦੇ ਦੀ ਗਰੋਥ ਜਿਹੜੀ ਉਹ ਵੀ ਕਮ ਥੀਂਦੀ ਹੁਣ ਇਸ ਗਮੋਸਿਸ ਦੇ ਉੱਤੇ ਥੋੜੀ ਜੀ ਗੱਲ ਕਰ ਗਏ ਨੇ ਆ ਦੋਸਤੋ ਇਹ ਜਿਹੜੀ ਗਮੋਸਿਸ ਇਹ ਅਸਲ ਦੇ ਵਿੱਚ ਫਾਈਟੋ ਫਟੋਰਾ ਨਾਮੀ ਇਕ ਫਫੂੰਦੀ ਹੈ ਜਿਹੜੀ ਕਿ ਦੁਨੀਆ ਦੇ ਵਿੱਚ तमाम ਸਟ੍ਰੈਸ ਦੀਆਂ ਵੈਰਾਈਟੀਆਂ ਦੇ ਵਿੱਚ ਪਾਈ ਵੈਂਦੀ ਹੈ ਇਸ ਦੇ ਹਮਲੇ ਤੋਂ ਬਾਅਦ ਦੋਸਤ ਤੁਹਾਡੇ ਪੌਦੇ ਦੇ ਪੱਤੇ ਫਲ ਗਿਰਨਾ ਸ਼ੁਰੂ ਹੋਵੰਦੇ ਫਿਰ ਐਸਾ ਐਸਾ ਪੌਦੇ ਦੇ ਸ਼ਾਖਾਂ ਤੇ ਤੰਨੇ ਦੇ ਵਿੱਚ ਹਸਿਆ ਰੰਗ ਦਾ ਮਾਦਾ ਜਿਹੜਾ ਉਹ ਵੀ ਖਾਰੇ ਇੱਥੇ ਹੋਣਾ ਸ਼ੁਰੂ ਹੋਵੰਦੇ ਤੇ ਪੌਦੇ ਦੇ ਜਿਸ ਟਾਈਮ ਸ਼ਦੀਦ ਅਟੈਕ ਹੁੰਦਾ ਹੈ ਉਸ ਟਾਈਮ ਪੌਦੇ ਦਾ ਜਿਹੜਾ ਤੰਨਾ ਹੈ ਉਹਦੇ ਲੰਬਾਈ ਦੇ ਰੁਖ ਦਰਾੜਾਂ ਪੈਣਾ ਸ਼ੁਰੂ ਹੋਵੈ ਨਹੀਂਆਂ ਤੇ ਉਸ ਤੋਂ ਬਾਅਦ ਐਸ ਤਰ੍ਹਾਂ ਦਾ ਪੌਦਾ ਜਿਹੜਾ ਤੁਹਾਡੇ ਉਹ ਸੁੱਕਣਾ ਸਟਾਰਟ ਹੋ ਵਹਿੰਦੇ ਹੁਣ ਗੱਲ ਕਰੀਏ ਪੌਦੇ ਦੇ ਵਿੱਚ ਜੇਕਰ ਹੋਵੇ ਤਾਂ ਫਿਰ ਉਸ ਨੂੰ ਕਿਸ ਤਰ੍ਹਾਂ ਆਪਾਂ ਟ੍ਰੀਟ ਕਰਨੇ ਉਹਦਾ ਤਦਾਰਕ ਕਿਸ ਤਰ੍ਹਾਂ ਕਰਨੇ ਤਾਂ ਦੋਸਤੋ ਬਾਗ ਦੇ ਵਿੱਚ ਜਾਂ ਘਰ ਦੇ ਵਿੱਚ ਅਗਰ ਤੁਸੀਂ ਪੌਦੇ ਲਾਇਆ ਹੈਂ ਤਾਂ ਉਦੋਂ ਤੁਸੀਂ ਗਮੋਸਸ ਨੂੰ ਟ੍ਰੀਟ ਕਰਨਾ ਚਾਹੁੰਦੇ ਹੋ ਜਾਂ ਗਮੋਸਸ ਦਾ ਖਾਤਮਾ ਚਾਹੁੰਦੇ ਹੋ ਤਾਂ ਤੁਸੀਂ ਸਭ ਤੋਂ ਪਹਿਲੇ ਪੌਦੇ ਦੇ ਤੰਨੇ ਦੇ ਉੱਤੇ ਬੋਰਡੋ ਪੇਸਟ ਲਾਵਣਾ ਹੈ ਔਰ ਇਸ ਹਾਲ ਦੇ ਵਿੱਚ ਲਾਜ਼ਮੀ ਦੋ ਦਫਾ ਨਹੀਂ ਤੇ ਇੱਕ ਦਫਾ ਲਾਜ਼ਮੀ ਤੁਸੀਂ ਲਾਵਣੇ ਬੋਰਡੋ ਪੇਸਟ ਕਿਸ ਤਰ੍ਹਾਂ ਹੁੰਦੇ ਕੀ ਹੁੰਦੇ ਉਦੋਂ ਤੇ ਇਨਸ਼ਾ ਅੱਲਾ ਅਗਲਾ ਵੀ ਲੋਗ ਬਣਾਇਸੂ ਲੇਕਿਨ ਇਸ ਵਿੱਚ ਥੋੜਾ ਜਿਹਾ ਮੈਂ ਤੁਹਾਨੂੰ ਤਾਰੀਫ ਕਰਾਂਦਾ ਵਈਆ ਕਿ 1 ਕਿਲੋ ਨੀਲਾ ਥੋਥਾ 2 ਕਿਲੋ ਅਨਬੁਜਾ ਚੂਨਾ ਔਰ 12 ਲੀਟਰ ਪਾਣੀ ਦਾ ਇੱਕ ਅਸਾਂ ਮਿਕਸਚਰ ਬਣਾਵਣੇ ਔਰ ਉਸ ਨੂੰ ਅਸਾਂ ਪੌਦੇ ਦੇ ਤੰਨੇ ਦੇ ਉੱਤੇ ਲਾਵਣੇ ਕਮਜ਼ ਕਮ 1.5 ਫੁੱਟ ਤੱਕ ਇਸ ਨੂੰ ਆਜਨ ਬੋਰਡ ਬੇਸ ਤੇ ਔਰ ਇhtiyat ਤਾਂ ਅਗਰ ਤੁਸੀਂ ਇਸਤੇਮਾਲ ਕਰਨਾ ਚਾਹੋ ਤਾਂ 150 ਗ੍ਰਾਮ ਥਾਇਓਫੀਨੇਟ ਮੀਥਾਈਲ ਵੀ ਤੁਸੀਂ ਇਸ ਦੇ ਵਿੱਚ ਹਲ ਕਰ ਸਕਦੇ ਹੋ ताकि इसका रिजल्ट मजीद अच्छा मिल सके और मुतासरा पौधे दे तमाम हिस्से तुसा इस लावना है ऐसे हिस्से जड़े जख्मी है पौधे उत्तर जड़ी जड़ी जगह उत्तर स्या मादा खारिज होता पे उस जगह की थोड़ी जी सफाई तो बाद दी मरहम टाइप मतलब ला छोड़ना है और जमीन तू पौधे तने तक तकरीबन डेढ़ फुट तक तने तभी लावना है मार्च अप्रैल और फिर सितंबर अक्तूबर खास तौर पर ਇਨਾ ਮਹੀਨਿਆਂ ਦੇ ਵਿੱਚ ਗਮੋਸਿਸ ਦੀ ਨਿਸ਼ਾਨੀਆਂ ਜ਼ਾਹਿਰ ਥੀਨੀਆਂ ਔਰ ਦੂਸਾਂ तमाम ਬਾਗ ਨੂੰ ਗਮੋਸਿਸ ਜਾਂ ਦੀਗਰ ਫੰਗਸ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਵਾਸਤੇ ਸਾਲ ਦੇ ਵਿੱਚ ਕਮਸ ਕਮ 4 ਤੋਂ 5 ਐਂਟੀ ਫੰਗਸ ਦੇ ਸਪਰੇਅ ਕਰਨੇ ਕਿਹੜੇ ਕਿਹੜੇ ਤਰ੍ਹਾਂ ਦੇ ਸਪਰੇਅ ਕਰਨ ਨੂੰ ਸਕਰੀਨ ਤੇ ਤੁਹਾਡੇ ਸਾਹਮਣੇ ਜ਼ਾਹਿਰ ਥੀਂਦੇ ਪੈਨ ਉਹਨਾਂ ਦੀਆਂ ਮਿqdਾਰਾਂ ਵੀ ਜ਼ਾਹਿਰ ਥੀਨੀਆਂ ਪਈਆਂ ਉਮੀਦ ਕਰੀਂ ਆ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਸੀ ਮਜ਼ੀਦ ਅੱਛੀ ਅੱਛੀ ਵੀਡੀਓਜ਼ ਦੇਖਣ ਵਾਸਤੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਮਜ਼ੀਦ ਵੀਡੀਓਜ਼ ਤੱਕ ਤੁਹਾਨੂੰ ਰਸਾਈ mumkin ਹੋ ਸੰਗੋਧ ਦੇ ਨਾਲ ਅੱਲਾ ਹਾਫਿਜ਼